ਮਾਨਸਾ ਵਿੱਚ ਨਸ਼ੇ ਨੇ ਇੱਕ ਹੋਰ ਘਰੇ ਸੱਥਰ ਵਿਛਾ ਦਿੱਤਾ। ਤਸਵੀਰਾਂ ਮਾਨਸਾ ਦੇ ਪਿੰਡ ਦੁੱਲੋਵਾਲ ਦੀਆਂ ਦਿਖਾ ਰਹੇ ਹਾਂ, ਜਿੱਥੇ ਇੱਕ ਨੌਜਵਾਨ ਨਸ਼ੇ ਦੇ ਕਾਰਨ ਆਪਣੀ ਜਾਨ ਤੋਂ ਹੱਥ ਧੋ ਗਿਆ। 30 ਸਾਲਾ ਸੂਬਾ ਸਿੰਘ, ਜਿਸ ਦੇ 3 ਬੱਚੇ ਹੈ, ਸਿਗਨੇਚਰ ਕੈਪਸੂਲ ਖਾਣ ਦਾ ਆਦੀ ਸੀ। ਇਸ ਪਿੰਡ ਦੇ ਵਿੱਚ ਸਿਗਨੇਚਰ ਕੈਪਸੂਲ ਕਹਿੰਦੇ ਆਮ ਵਿਕਦੇ ਹੈ, ਜਿਸ ਕਰਕੇ ਵੱਡੇ ਪੱਧਰ 'ਤੇ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਰਿਹਾ। ਸੂਬਾ ਸਿੰਘ ਬੀਤੇ ਦਿਨੀ ਜੋ ਦਿਹਾੜੀਦਾਰ ਸੀ, ਸਿਗਨੇਚਰ ਕੈਪਸੂਲ ਖਾਣ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੈ। ਪਿੰਡ ਦੇ ਲੋਕ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਘਰ ਦੁੱਖ ਪ੍ਰਗਟ ਕਰਨ ਆਏ ਹੋਏ ਹੈ। ਆਹ ਘਰ ਹੈ ਸੂਬਾ ਸਿੰਘ ਦਾ, ਜਿਹੜਾ ਗਰੀਬ ਪਰਿਵਾਰ ਹੈ ਅਤੇ ਦਿਹਾੜੀ ਕਰਦਾ, ਜਿਸ ਕਰਕੇ ਨਸ਼ਾ ਹੈ ਜਿਹੜਾ ਉਹ ਇੱਕ ਨੌਜਵਾਨ ਦੀ ਜਾਨ ਲੈ ਗਿਆ ਅਤੇ ਪੂਰਾ ਪਰਿਵਾਰ ਤਬਾਹ ਕਰ ਦਿੱਤਾ। ਸੂਬਾ ਸਿੰਘ ਦੇਖ ਸਕਦੇ ਹੋ ਕਿ ਉਸ ਦੀ ਡੈੱਡ ਬੋਡੀ ਪਈ ਹੈ ਅਤੇ ਘਰ ਦੀਆਂ ਤਸਵੀਰਾਂ ਵੀ ਤੁਸੀਂ ਦੇਖੋ ਕਿ ਪਰਿਵਾਰ ਦੀ ਕੀ ਹਾਲਤ ਹੋਣੀ ਹੈ, ਕਿਉਂਕਿ ਗਰੀਬ ਪਰਿਵਾਰ ਹੈ ਜਿਹੜਾ, ਗਰੀਬ ਵਰਗ ਦੇ ਲੋਕ ਖਾਸ ਕਰਕੇ ਦਿਹਾੜੀਦਾਰ, ਉਹ ਇਸ ਨਸ਼ੇ ਦਾ ਸ਼ਿਕਾਰ ਹੋ ਰਿਹਾ, ਮੈਡੀਕਲ ਨਸ਼ੇ ਦਾ। ਹਾਲਾਂਕਿ ਪੁਲਿਸ ਦਾਅਵੇ ਕਰਦੀ ਹੈ ਕਿ ਮਾਨਸਾ ਦੇ ਵਿੱਚ ਨਸ਼ਾ ਹੈ ਜਿਹੜਾ ਖਤਮ ਕਰ ਦਿੱਤਾ ਹੈ, ਪਰ ਕਿੰਨੇ ਹੀ ਨੌਜਵਾਨ ਨਸ਼ੇ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹੈ। ਵੱਖ ਵੱਖ ਨੌਜਵਾਨ ਨਸ਼ੇ ਦੇ ਖਿਲਾਫ ਲੜਾਈ ਲੜਦੇ ਹੈ, ਪਰੰਤੂ ਲਗਾਤਾਰ ਪੁਲਿਸ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀ ਹੈ। ਸਾਡੇ ਨਾਲ ਜਿਹੜੇ ਨੌਜਵਾਨ ਨਸ਼ੇ ਦੇ ਖਿਲਾਫ ਲੜਦੇ ਹੈ, ਉਹਨਾਂ ਤੋਂ ਪੁੱਛਾਂਗੇ ਬਈ ਕੌਣ ਸੀ ਨੌਜਵਾਨ, ਕਿਵੇਂ ਨਸ਼ੇ ਦੇ ਕਾਰਨ ਮੌਤ ਹੋਈ ਹੈ। ਇਹ ਪਿੰਡ ਦੂਲੋ ਵਾਲੇ ਦਾ ਨੌਜਵਾਨ ਸੀਗਾ ਜਿਹੜਾ ਕਾਫੀ ਲੰਬੇ ਟਾਈਮ ਤੋਂ ਨਸ਼ਾ ਲੈ ਰਿਹਾ ਸੀਗਾ, ਅਤੇ ਇਹਨੇ ਅੱਜ ਵੀ ਕੱਲ੍ਹ ਰਾਤ ਵੀ ਜਦੋਂ ਇਹ ਵੀ ਇਹਨੇ ਸੁਸਾਈਡ ਤੋਂ ਪਹਿਲਾਂ ਇਹਨੇ 15 ਕੈਪਸੂਲ ਖਾਧੇ ਵੀ ਆ, ਅਤੇ ਥੱਬਾ ਦੇ ਕੈਪਸੂਲਾਂ ਦਾ ਜੇਬ 'ਚੋਂ ਵੀ ਨਿਕਲਿਆ। ਮੈਂ ਕਹਿੰਦਾ ਵੀ ਇਹੋ ਜਿਹੇ ਹੋਰ ਪਤਾ ਹੀ ਨਹੀਂ ਕਿੰਨੀਆਂ ਕੁ ਮੌਤਾਂ ਹੋ ਜਾਂਦੀਆਂ, ਅਤੇ ਇਹ ਪਰਿਵਾਰ ਨੇ ਅੱਜ ਆਪਾਂ ਨੂੰ ਬੁਲਾਇਆ ਤਾਂ ਨਹੀਂ ਤਾਂ ਕਈ ਲੋਕ ਬਿਨ ਦੱਸੇ ਹੀ ਸਾਰਾ ਕੁਛ ਕਰ ਦਿੰਦੇ ਨੇ। ਇਹਦੇ 2 ਬੇਟੀਆਂ ਸੀਗੀਆਂ ਅਤੇ ਇੱਕ ਛੋਟਾ ਜਿਹਾ ਬੇਟਾ ਹੈ, ਅਤੇ ਇਹ ਪਰਿਵਾਰ ਇਕੱਲਾ ਹੀ ਪਰਿਵਾਰ 'ਚ ਕਮਾਈ ਕਰਨ ਵਾਲਾ ਸੀ, ਦਿਹਾੜੀਦਾਰ ਬੰਦਾ ਸੀਗਾ, ਹੈ ਨਾ। ਅਤੇ ਸਿਰੇ ਪੁਲਿਸ ਦਾਅਵੇ ਕਰਦੀ ਹੈ ਕਿ ਅਸੀਂ ਨਸ਼ਾ ਖਤਮ ਕਰਤਾ, ਸਰਚ ਓਪਰੇਸ਼ਨ ਚਲਾਉਂਦੇ ਹੈ, ਮੈਡੀਕਲਾਂ 'ਤੇ ਉਹ ਕਰਦੇ ਹੈ, ਪਰ ਫਿਰ ਵੀ ਜੇ ਇਹ ਜਿਹੜਾ ਬੰਦ ਕਿਉਂ ਨਹੀਂ ਹੋ ਰਿਹਾ? ਬੰਦ ਤਾਂ ਬਈ ਜੇ ਮੈਂ ਵਾਰ ਵਾਰ 3-4 ਸਾਲ ਹੋ ਗਏ ਰੌਲਾ ਪਾਈ ਜਾਂਦਾ ਵੀ ਜਿੰਨਾ ਚਿਰ ਸਿਗਨੇਚਰ ਕੈਪਸੂਲ ਦੇ NDP ਐਕਟ ਦੀ ਧਾਰਾ ਨਹੀਂ ਲੱਗਦੀ ਤਾਂ ਕੈਪਸੂਲ ਨਹੀਂ ਬੰਦ ਹੋਣਾ। ਬਰਨਾਲੇ ਨਾਈ ਵਾਲੇ ਰੋਡ 'ਤੇ ਫੈਕਟਰੀ ਹੈ, ਮੈਂ ਤਾਂ ਆਪਣਾ ਲਖਨਪਾਲ ਵਕੀਲ ਪਹਿਲਾਂ ਵੀ ਅਸੀਂ ਮਿਲੇ ਸੀਗੇ, DC ਸਾਹਿਬ ਨੂੰ ਵੀ ਮਿਲੇ ਸੀ ਵੀ ਇਹਦਾ ਸਾਨੂੰ ਇੰਨਾ ਦੱਸਿਆ ਜਾਵੇ ਇਹ ਜਾਂਦਾ ਕਿੱਥੇ ਹੈ ਕੈਪਸੂਲ, ਕਿਉਂਕਿ 8-8 ਹਜ਼ਾਰ ਰੁਪਈਏ ਦੇ ਨੌਜਵਾਨ ਦਿਹਾੜੀ 'ਤੇ ਲੱਗ ਗਏ, ਉੱਥੇ ਲਿਆ ਲਿਆ ਕੈਪਸੂਲ ਵੇਚਦੇ ਸਿੱਧਾ ਡਾਇਰੈਕਟ ਫੈਕਟਰੀ 'ਚੋਂ। ਉਹ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਫੈਕਟਰੀ ਹੈ, ਜੇ ਸਰਕਾਰ ਦਾਅਵੇ ਕਰਦੀ ਹੈ ਵੀ ਨਸ਼ਾ ਬੰਦ ਕਰਨਾ ਤਾਂ ਇਹਦੇ ਕਾਨੂੰਨ, ਜਿਵੇਂ ਪਹਿਲਾਂ ਟਰਮਾਡੋਲ NDP ਐਕਟ 'ਚ ਲਿਆਂਦੀ, NDP ਐਕਟ 'ਚ ਲਿਆਂਦੀ ਵੀ ਭਾਵੇਂ ਉਹਦੇ ਸਖਤੀ ਨਾਲ ਫਿਰ ਵੀ NDP ਐਕਟ ਲਾਗੂ ਨਹੀਂ ਕੀਤਾ ਗਿਆ, ਉਵੇਂ ਸਾਡੀ ਸਰਕਾਰ ਨਾਲ ਗੱਲ ਵੀ ਚੱਲਦੀ ਹੈ ਅਤੇ ਉਵੇਂ ਅਸੀਂ ਵਾਰ ਵਾਰ ਉਹਨਾਂ ਨੂੰ ਦੱਸਿਆ ਵੀ ਹੈ ਵੀ ਜਿੰਨਾ ਚਿਰ ਇਹ 'ਤੇ NDP ਐਕਟ ਦੀ ਧਾਰਾ ਨਹੀਂ ਲੱਗਦੀ ਉਹਨਾਂ ਚਿਰ ਸਿਗਨੇਚਰ ਕੈਪਸੂਲ ਆ ਜਿਹੜਾ ਧੜਾਧੜ ਐਵੇਂ ਵਿਕਦਾ ਰਹੂ, ਕਿੰਨੇ ਅਸੀਂ ਮਰਜ਼ੀ ਫੜਦੇ ਰਹੀਏ ਫਿਰ ਵੀ ਨਹੀਂ ਰੁਕੂ। ਸਿਰੇ ਮਾਨਸਾ ਦਾ SSP ਕਹਿੰਦਾ ਕਿ ਨਸ਼ਾ ਅਸੀਂ ਖਤਮ ਕਰਤਾ, ਅਤੇ ਲੰਮੇ ਸਮੇਂ ਤੋਂ ਤੁਸੀਂ ਲੜਾਈ ਵੀ ਲੜ ਰਹੇ ਹੋ, ਹੁਣ ਕੀ ਲੱਗਦਾ ਕਿ ਪੁਲਿਸ ਇਸ ਵਾਸਤੇ ਜ਼ਿੰਮੇਵਾਰ ਹੋ? ਪੁਲਿਸ ਦਾ ਬਈ ਜ਼ਿੰਮੇਵਾਰ ਇਹਦੇ ਖਾਤਰ ਸਰਕਾਰ, ਪੁਲਿਸ ਪ੍ਰਸ਼ਾਸਨ ਸਾਰਾ ਜ਼ਿੰਮੇਵਾਰ ਹੈ, ਕਿਉਂਕਿ ਇਹ ਨੌਜਵਾਨ ਮਰਿਆ ਕਿਹਦੀ ਵਜ੍ਹਾ ਨਾਲ ਹੈ? ਸਰਕਾਰ ਦੀ ਵਜ੍ਹਾ ਨਾਲ। ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ 24 ਘੰਟੇ, ਜਿਹਨਾਂ ਦਾ ਕੇਜਰੀਵਾਲ ਕਹਿੰਦਾ ਸੀ ਮੈਂ ਬੰਦ ਕਰ ਦੂੰ ਨਸ਼ਾ, ਅੱਜ 2 ਸਾਲ ਹੋ ਗਏ, ਅੱਜ 2 ਸਾਲ ਬਾਅਦ ਵੀ ਜਦੋਂ 3 ਸੀਟਾਂ ਆਈਆਂ ਤਾਂ ਇਹਨਾਂ ਦੀ ਨਿਗਾਹ ਖੁੱਲ੍ਹੀ ਵੀ ਯਾਰ ਨਸ਼ਾ ਤਾਂ ਐਡਾ ਵੱਧ ਗਿਆ ਵੀ ਸਾਡੀਆਂ ਤਾਂ ਸੀਟਾਂ ਹੀ 3 ਰਹਿ ਗਈਆਂ, ਫਿਰ ਵੀ ਇਹਨਾਂ ਨੇ ਸਰਚ ਓਪਰੇਸ਼ਨ ਚਲਾਏ। ਠੀਕ ਹੈ ਵੀ 5-10 ਪੈਸੇ ਫਰਕ ਪਿਆ, ਰੇਡਾਂ ਕਰੀਆਂ ਜਿਨ੍ਹਾਂ ਨੇ, ਜਦੋਂ ਰੇਡਾਂ ਕਰਨ ਜਾਂਦੇ ਆ ਬਈ ਇਹਨਾਂ ਦੇ ਤਾਂ ਪਹਿਲੇ ਹੀ ਬੰਦੇ ਕਹਿ ਦਿੰਦੇ ਆ ਵੀ ਤੁਸੀਂ ਸਾਈਡ 'ਤੇ ਹੋ ਜਾਓ, ਮੇਰੇ ਪਿੰਡ ਰੇਡ ਹੋਈ ਅਤੇ ਸੈਂਸੀ ਦਾ ਜਿਹੜੇ ਵੇਚਣ ਵਾਲੇ ਸੀ ਉਹ ਤਾਂ ਬਈ ਮੰਡੀ 'ਚ ਬੈਠੇ ਸੀਗੇ, ਅਤੇ ਕਿਉਂਕਿ ਇਹਨਾਂ ਕੋਲ ਰਿਕਵਰੀ 5 ਗ੍ਰਾਮ ਦੀ ਰਿਕਵਰੀ ਆ, ਅਤੇ ਬੰਦਾ ਸਾਡਾ ਇੱਕ ਬਿੱਟ ਨਾਲ ਮਰ ਜਾਂਦਾ, 5-7 ਕੈਪਸੂਲਾਂ ਨਾਲ ਮਰ ਜਾਂਦਾ ਬਈ, ਅਤੇ 5 ਗ੍ਰਾਮ ਰਿਕਵਰੀ ਹੈ ਬਈ ਆਪ ਹੀ ਵਕੀਲ ਬਣੇ ਬੈਠੇ ਦਿੰਦੀ ਨਹੀਂ 5 ਗ੍ਰਾਮ ਕਿਸੇ ਨੂੰ। ਅਤੇ ਹੁਣ ਕਿਵੇਂ ਫਿਰ ਇਹਦਾ ਸੰਸਕਾਰ ਕਰੋ, ਕੀ ਮੰਗ ਹੈ? ਨਹੀਂ ਬਈ ਸੰਸਕਾਰ ਉਨਾ ਚਿਰ ਨਹੀਂ ਕਰਦੇ ਜਿੰਨਾ ਚਿਰ ਇਸ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ,
ਪਹਿਲੀ ਗੱਲ ਤਾਂ ਸਾਡੀ ਪਹਿਲੀ ਮੰਗ ਹੈ ਜਿੰਨਾ ਜਿਹਦੇ ਮੈਡੀਕਲ ਤੋਂ ਨਸ਼ਾ ਆਇਆ 302 ਦਾ ਪਰਚਾ ਅਤੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਸਰਕਾਰ ਦੇਵੇ, ਕਿਉਂਕਿ ਸਰਕਾਰ ਦੀ ਵਜ੍ਹਾ ਨਾਲ ਮਰਿਆ। ਸਰਕਾਰ ਕਹਿੰਦੀ ਆ, ਦਾਅਵੇ ਕਰਦੀ ਹੈ ਵੀ ਨਸ਼ਾ ਬੰਦ ਹੋਇਆ, ਪਰ ਇਹ ਨੌਜਵਾਨ ਦੇ ਦੱਸੋ ਵੀ ਫਿਰ ਨਸ਼ਾ ਕਿੱਥੋਂ ਆ ਗਿਆ? ਨਸ਼ਾ ਤਾਂ ਬਾਈ ਲਿਆ ਲਿਆ, ਧੜਾ ਧੜੂ ਵੀ ਵੇਚੀ ਜਾਂਦੇ ਆ, ਹੁਣ ਜਵਾਕ ਦੱਸ ਕੇ ਹਟਿਆ। ਜੇ ਇਹੋ ਜਿਹੇ ਹਾਲਾਤ ਪੰਜਾਬ 'ਚ ਰਹੇ ਤਾਂ ਸ਼ਾਇਦ ਜਿਹੜੀ ਸਾਡੀ ਆਉਣ ਵਾਲੀ ਨੌਜਵਾਨੀ ਹੈ, ਸਾਡੀ ਆਉਣ ਵਾਲੀ ਪੀੜ੍ਹੀ ਬਹੁਤ ਵੱਡੇ ਖਤਰੇ 'ਚ ਹੈ। ਪੰਜਾਬ ਦੇ ਲੋਕਾਂ ਨੂੰ ਵੀ ਜਾਗ ਜਾਓ ਬਾਈ, ਸਰਕਾਰ ਤੋਂ ਕੋਈ ਉਮੀਦ ਨਾ ਰੱਖੋ ਕਿ ਪ੍ਰਸ਼ਾਸਨ ਤੋਂ ਕੋਈ ਉਮੀਦ ਨਾ ਰੱਖੋ, ਤੁਸੀਂ ਖੁਦ ਲੜੋ ਤਾਂ ਆਪਾਂ ਜਿੱਤ ਸਕਦੇ। ਕੀ ਕਹੋਗੇ ਬਾਈ, ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ? ਬਾਈ ਆਪਣੇ ਪਹਿਲਾਂ ਕਹਿੰਦੇ ਚਿੱਟੇ ਨਾਲ ਚੜ੍ਹਦੇ ਆ, ਚਿੱਟੇ ਨਾਲ ਕਿ ਅੱਜ ਸਾਡੇ ਮੂਹਰੇ ਆਇਆ ਕੈਪਸੂਲਾਂ ਵਾਲਾ ਵੀ ਤੜਕੇ, ਅਸੀਂ ਚਾਹ ਨਹੀਂ ਪੀਤੀ, ਸਾਡੇ ਹੱਥ 'ਚੋਂ ਗਲਾਸ ਡਿੱਗ ਪਿਆ ਕਿ ਅੱਜ ਕੈਪਸੂਲਾਂ ਵਾਲਾ ਕਹਿੰਦੇ ਸੀ 35 ਸਾਲ ਦੀ ਉਮਰ ਹੈ, 2 ਕੁੜੀਆਂ ਨੇ, ਉਹ ਕੱਲ੍ਹ ਨੂੰ ਕਿਹਦਾ ਜ਼ਿੰਮੇਵਾਰ ਆ? ਕੋਈ ਜ਼ਿੰਮੇਵਾਰ ਨਹੀਂ ਇਹਦਾ, ਕੋਈ ਆਟਾ ਨਹੀਂ ਸੁੱਟ ਕੇ ਜਾਂਦਾ, ਕੋਈ 2 ਕਿਲੋ ਆਟਾ ਦੇਤਾ ਉਹਦੇ ਨਾਲ ਸਾਰੀ ਉਮਰ ਤਾਂ ਲੰਘਦੀ ਨਹੀਂ। ਅੱਜ ਉਹਨਾਂ ਦਾ ਘਰ ਤਾਂ ਖਾਲੀ ਹੋ ਗਿਆ, ਨਾਲ ਘਰਾਂ ਦੇ 2 ਘਰ ਛੱਡ ਕੇ, ਮੈਨੂੰ 3 ਘਰ ਛੱਡ ਕੇ ਨਸ਼ਾ ਵਿਕਦਾ, ਉਹਨਾਂ ਦੀ ਮਿਸੀ ਵੀ ਆ ਗਏ, ਉਹ ਵੀ ਦੱਸਣਗੇ ਆਪ ਦੀ ਗੱਲ ਕਿ ਸਿਗਨੇਚਰ ਆ ਜਿਹੜਾ ਹੈਗਾ ਚਿੱਟਾ ਹੈ, ਉਹ ਅੱਜ ਦੇ ਟਾਈਮ 'ਚ ਸਬਜ਼ੀ ਮੰਡੀਆਂ ਵਾਲਾ ਮੰਗੂ, ਜਿਵੇਂ ਆਲੂ ਗੰਢੇ ਹੁੰਦੇ ਨੇ ਆਮ ਵਿਕ ਰਿਹਾ, ਅਸੀਂ ਸਾਨੂੰ 15 ਦਿਨ ਹੋਇਆ ਵੱਧ ਉੱਤਾ ਚੱਕੇ ਨੂੰ, ਪਹਿਲਾਂ ਅਸੀਂ ਹੌਲੀ ਹੌਲੀ ਕੰਮ ਵਧਾਇਆ ਸੀ, ਅੱਜ ਅਸੀਂ ਇਕੱਠਾ ਕੰਮ ਵਧਾਉਣ ਲੱਗੇ, ਜਦੋਂ ਸਾਨੂੰ ਪ੍ਰਸ਼ਾਸਨ ਦਾ ਫੋਨ ਆਇਆ ਕਿ ਅਸੀਂ ਤੁਹਾਡੇ ਨਾਲ ਹਾਂ, ਦੱਸੋ ਸਾਨੂੰ ਕਿੱਥੇ ਰੇਡ ਕਰਨੀ, ਅਸੀਂ ਕਰਾਂਗੇ। ਪਹਿਲਾਂ ਕਿੱਥੇ ਸੀ? ਪਹਿਲਾਂ ਵੀ ਪ੍ਰਸ਼ਾਸਨ ਨੂੰ ਪਤਾ ਲੱਗਦਾ ਚਿੱਟੇ ਨਾਲ ਮੌਤਾਂ ਹੁੰਦੀਆਂ, ਸਿਗਨੇਚਰ ਨਾਲ ਮੌਤਾਂ ਹੁੰਦੀਆਂ ਨੇ, ਪਹਿਲਾਂ ਕਿੱਥੇ ਸੀ ਪ੍ਰਸ਼ਾਸਨ? ਜਦੋਂ ਅਸੀਂ ਆਪਣਾ ਘਰ ਛੱਡ ਕੇ ਜਾਂਦੇ ਹਾਂ, ਤੇਲ ਪਾਣੀ ਪੂ ਕੇ ਜਾਂਦੇ ਹਾਂ, ਠੀਕ ਹੈ, ਸਾਡੀ ਮਿਹਨਤ ਪੱਲੇ ਪੈਂਦੀ ਹੈ, ਉੱਥੇ ਪ੍ਰਸ਼ਾਸਨ ਆਪ ਜੀ ਕਾਨੂੰਨ ਜਿਹੜੀ ਚਲਾਉਣੀ ਉਹਨਾਂ ਨੇ, ਉਹ ਕਿਉਂ ਨਹੀਂ ਚਲਾਉਂਦੇ? ਪਹਿਲਾਂ ਫੋਨ ਕਰਦੇ ਹਾਂ 2 ਘਰ ਛੱਡ ਕੇ, ਪ੍ਰਸ਼ਾਸਨ ਜਿਹੜਾ ਪੈਣ ਵਾਲੀ ਹੈ ਕਿ ਸਮਾਨ ਸਾਂਭ ਦਿਉ, ਅਗਲਾ ਸਮਾਨ ਸਾਂਭ ਦਿੰਦਾ, ਸਾਨੂੰ ਕੋਈ ਮਿਲਦਾ ਨਹੀਂ, ਉਹ ਤਾਂ ਮੁੜੇ ਹੋਣੇ ਆ। ਜੇ ਸਾਨੂੰ ਸਾਥ ਮਿਲੂਗਾ ਤੁਹਾਡੇ ਵਰਗੇ ਭਰਾਵਾਂ ਦਾ ਉੱਤਾ ਚੱਕਣ ਦਾ, ਤਾਂ ਪ੍ਰਸ਼ਾਸਨ ਵੀ ਆਪਣਾ ਸਾਥ ਦੂ। ਹਾਂ, ਵਿੱਚ ਬੰਦੇ ਪ੍ਰਸ਼ਾਸਨ ਦਿੰਦਾ, ਸਾਡੇ ਨਾਲ ਵੀ ਹੈ, ਜਿਹੜੇ ਪੰਜੇ ਉਂਗਲ ਇੱਕੋ ਸਾਰ ਨਹੀਂ ਹੁੰਦੀਆਂ, 5-4 ਬੰਦੇ ਖਾਸ ਹੁੰਦੇ ਜਿਨ੍ਹਾਂ ਨੂੰ ਫੀਲ ਹੁੰਦਾ ਕਿ ਆਪਣੇ ਵੀ ਜਵਾਕ ਨਸ਼ੇ ਲੱਗ ਸਕਦੇ ਆ, ਭਾਈ ਰਾਸ਼ਟਰਪਤੀ ਦਾ, ਭਾਈ SHO ਦਾ, ਭਾਈ DSP ਦਾ, ਜਿਹਨੂੰ ਲਾਗ ਹੈਗੀ ਆ ਕਿ ਨਸ਼ਾ ਅੱਜ ਕਰਨ ਦੇ ਨਾਲ ਗਰੀਬ ਘਰਾਂ ਦੇ ਤਗੜੇ ਘਰਾਂ ਦੇ ਮੁੰਡੇ ਮਰ ਰਹੇ ਆ, ਆਪਣੇ ਘਰ ਵੀ ਆ ਸਕਦਾ, ਤਾਂ ਕਰਕੇ ਆਪਾਂ ਨੂੰ ਜਾਗਰੂਕ ਹੋਣਾ ਪਊਗਾ। ਜੇ ਨਾ ਹੋਏ ਤਾਂ ਆਪਣੇ ਘਰਾਂ 'ਚ ਵੀ ਅੱਜ ਦਿਨ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ 2-4 ਸਿਵੇ 'ਚ ਐਂ ਜਲਿਆ ਕਰਨਗੇ। ਦੱਸ ਦੋ ਆਪਦਾ ਦੁੱਖ ਸਾਰਾ, ਹੈ ਨਾ, ਸਿਗਨੇਚਰ ਕਰਦਾ ਸੀਗਾ ਜੀ, ਉਹਨਾਂ ਦੇ ਘਰੇ ਵੀ ਗਈ ਵੀ ਤੁਸੀਂ ਸਿਗਨੇਚਰ ਨਾ ਕਰੋ, ਉਹਨਾਂ ਨੂੰ ਦੱਸ ਕੇ ਮੇਰੇ ਮੈਨੂੰ ਗਾਲਾਂ ਧੁੱਪੜਾ ਦਵਾਉਂਦੇ ਰਹਿਣਗੇ, ਉਹ ਮੈਨੂੰ ਕਹਿੰਦੀ ਵੀ ਅਸੀਂ ਤਾਂ ਹੀ ਵੇਚਾਂਗੇ, ਸਰੇਆਮ ਹੀ ਵੇਚਾਂਗੇ। ਅੱਛਾ, ਕੌਣ ਹੈ ਪਿੰਡ ਦੇ ਵਿੱਚ? ਇਹਨਾਂ ਦੇ ਵਿੱਚ ਹੋ ਗਏ ਜੀ, ਆ ਸਾਡੇ ਗਲੀ ਦੇ ਮੋੜ ਤੇ ਘਰ ਹੈਗਾ ਜੀ, ਬਾਦਨ ਕੇ ਹੈਗਾ, ਉਹਦਾ ਮੁੰਡਾ ਤੇ ਉਹਦੀ ਘਰ ਵਾਲੀ ਨੇ ਦੋਨਾਂ ਨੇ ਆਖਿਆ ਜੀ ਨਹੀਂ ਘਰੇ ਵੇਚ ਦੇ, ਆਪਦੀ ਦੁਕਾਨ ਹੈ ਨਾ, ਘਰੇ ਵੇਚ ਜੀ, ਕਹਿੰਦੇ ਅਸੀਂ ਸਰੇਆਮ ਹੀ ਵੇਚ ਦੇ, ਲੈ ਕੇ ਦੁਕਾਨ ਤੇ ਉਹਨੂੰ ਵੀ ਫੜਨ ਨਾਲ ਸਾਰੇ ਸਾਡੇ ਵਿੱਚ ਦੇਖਦੇ ਆ। ਕਿਸੇ ਕੋਈ ਪਿੰਡ 'ਚ ਦੱਸਿਆ ਕਿਸੇ ਨੂੰ ਵੀ ਆ ਇਦਾਂ? ਮੈਂ ਆਪ ਕਿਹਾ ਸੀਗਾ ਜੀ, ਮੈਂ ਕਿਹਾ ਸੀਗਾ ਵੀ ਮਾਂ ਤੁਸੀਂ ਘਰ ਮੇਰੇ ਘਰ ਵਾਲੀ ਨਸ਼ੇ ਵੀ ਸਿਗਨੇਚਰ ਦਿੰਦੇ ਹੋਗੇ, ਕਹਿੰਦੀ ਅਸੀਂ ਤਾਂ ਹੀ ਵੇਚਾਂਗੇ, ਅਸੀਂ ਸਰੇਆਮ ਹੀ ਵੇਚ ਦੇਵਾਂਗੇ। ਅੱਛਾ, ਕੀ ਮੰਗ ਕਰਦੇ ਹੋ ਹੁਣ? ਦੇਖ ਸਕਦੇ ਹੋ ਕਿ ਪਰਿਵਾਰ ਦਾ ਬੁਰਾ ਹਾਲ ਹੈ। ਮਾਨਸਾ ਪੁਲਿਸ ਜਿਹੜੀ ਦਾਅਵੇ ਕਰਦੀ ਹੈ ਕਿ ਨਸ਼ਾ ਮਾਨਸਾ ਦੇ ਵਿੱਚੋਂ ਖਤਮ ਹੋ ਚੁੱਕਿਆ, ਪਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਨੌਜਵਾਨ ਇਸ ਦੀ ਭੇਟ ਚੜ ਗਿਆ, ਅਤੇ ਹੁਣ ਇਹ ਪੁਲਿਸ ਤੈਅ ਕਰੇ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਨਸ਼ਾ ਹੈ ਜਾਂ ਨਹੀਂ। ਮਾਨਸਾ ਤੋਂ ਬਲਦੇਵ ਸ਼ਰਮਾ, News 18 ਦੁੱਲੋਵਾਲ।